ਮਿੰਟੂ ਜੀ ਇਹ ਚਰਚਾ ਸ਼ੁਰੂ ਕਰੀ ਤਾਂ ਮੇਰੇ ਖਿਆਲ ਨਾਲ ਬਈ ਅੱਜ ਕਿਸਾਨਾਂ ਦੇ ਮੁੱਦੇ ਤੋਂ ਸ਼ੁਰੂ ਕਰ ਲਈ ਕਿਉਂਕਿ ਕੱਲ ਜਿੱਦਾਂ ਇਹ ਪਾਪ ਪ੍ਰੋਗਰਾਮ ਸਮਾਪਤ ਕਰਕੇ ਗਏ ਤਾਂ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਬਈ ਕੋਈ ਕਿਸਾਨ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਇਲਾਵਾ ਪੁਲਿਸ ਵਾਲੇ ਵੀ ਫਟੜ ਹੋ ਗਏ ਆ ਫੇਰ ਕੰਮ ਵੱਧਦਾ ਗਿਆ ਲਗਾਤਾਰ ਮਾਹੌਲ ਖਰਾਬ ਹੁੰਦਾ ਗਿਆ ਮੇਰੇ ਖਿਆਲ ਨਾਲ ਇਹ ਹੋਣਾ ਨਹੀਂ ਚਾਹੀਦਾ ਸੀ ਪਰ ਉਸ ਦਰਮਿਆਨ ਕਹਿੰਦੇ ਕਿ ਬਈ ਮਾਨ ਸਾਹਿਬ ਦੀ ਸਰਕਾਰ ਆ ਜਿਹੜੀ ਉਹ ਵੀ ਉਦਾਂ ਦੇ ਰਸਤੇ ਦੇ ਉੱਤੇ ਚੱਲ ਪਈ ਆ ਫੋਟੋਆਂ ਵੀਡੀਓ ਆ ਰਹੀਆਂ ਨੇ ਬਹੁਤ ਸਾਰੀਆਂ ਨੇ ਬਿਸ਼ੱਕ ਹਰਿਆਣੇ ਵਾਲੇ ਪਾਸੇ ਤੋਂ ਵੀ ਇਸ ਤਰ੍ਹਾਂ ਦੀਆਂ ਆਂਗਾਂ ਦੇ ਕੁਝ ਫੋ ਇਹਦਾਂ ਕੁਝ ਹੋ ਜਾਏਗਾ। ਦੇਖੋ ਜਦੋਂ ਤੁਸੀਂ ਹੀ ਕਿਸਾਨ ਨੂੰ ਵੋਟ ਨਾਲ ਜੋੜਦੇ ਹੋਗੇ ਨਾ ਵੋਟ ਬੈਂਕ ਦੀ ਪੋਲਿਟਿਕਸ ਉਹਦੇ ਨਾਲ ਕਰੋਗੇ। ਜੀ। ਤਾਂ ਨਤੀਜੇ ਕੁਝ ਇਸੇ ਤਰ੍ਹਾਂ ਦੇ ਨਿਕਲਣਗੇ ਤੁਹਾਡੇ। ਤੁਸੀਂ ਮੈਨੂੰ ਦੱਸੋ ਕਿ ਹੱਲੇ ਆ ਕੇ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਮੁਸ਼ਕਲ ਹੀ ਨਹੀਂ ਆਉਣ ਦੇਣੀ ਕਿਸੇ ਨੂੰ। ਕਿ ਕੋਈ ਧਰਨਾ ਲਾਵੇਗਾ, ਕੋਈ ਮਜ਼ਾਰਾ ਕਰੇਗਾ, ਕੋਈ ਕੁਝ ਕਰੇਗਾ। ਹਾਂ ਜੀ ਮਾਨ ਸਾਹਿਬ ਦੀਆਂ ਰੀਲਾਂ ਹਲੇ ਵਾਇਰਲ ਹੁੰਦੀਆਂ। ਤਾਂ ਫਿਰ ਉਹ ਕੀ ਸੀਗੀ? ਉਹ ਵੋਟ ਬੈਂਕ ਦੀ ਪੋਲਿਟਿਕਸ ਹੋਈ ਨਾ। ਤੂਰੀ ਤੋਂ ਲੈ ਕੇ ਸੰਗਰੂਰ ਤੱਕ ਕਿੰਨੇ ਕਿਲੋਮੀਟਰ ਬਣਦੇ ਮੇਰੇ ਖਿਆਲ ਦੇ ਨਾਲ 25 30 ਬਣ ਜਾਣੇ ਆ ਹਾਂਜੀ ਉੱਥੇ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਵੱਲੋਂ ਕਾਦੇ ਵਾਸਤੇ ਕੱਢਿਆ ਗਿਆ ਗੰਨੇ ਦੀ ਅਦਾਇਗੀ ਹਾਸਲ ਕਰਨ ਵਾਸਤੇ ਜੀ ਮਤਲਬ ਕਿ ਮੁੱਖ ਮੰਤਰੀ ਜਿੱਥੋਂ ਚੁਣ ਕੇ ਗਿਆ ਜਿਹੜੇ ਹਲਕੇ ਉੱਥੋਂ ਦੀ ਗੰਨਾ ਮਿਲ ਕਿਸਾਨ ਤੋਂ ਉਹਦਾ ਸੌਦਾ ਉਹਦੀ ਫਸਲ ਖਰੀਦ ਕੇ ਉਦੀ ਰਾਸ਼ੀ ਨਹੀਂ ਦੇਰੀ ਦੱਸੋ ਇਹ ਨੌਬਤ ਆਏਗੀ ਕਿ ਨਹੀਂ ਆਏਗੀ ਅੱਜ ਉਹ ਟਰੈਕਟਰ ਮਾਰਚ ਕਰ ਰਹੇ ਆ ਕੱਲ ਨੂੰ ਕੰਬਾਈਨਾ ਲੈ ਆਉਣਗੇ ਸੜਕ ਤੇ ਫਿਰ ਕੀ ਕਰੋਗੇ ਨੌਬਤ ਕਿਉਂ ਆ ਰਹੀ ਆ ਨੌਬਤ ਕਾਤੋਂ ਆ ਰਹੀ ਆ ਜੀ ਹੁਣ ਤੁਸੀਂ ਵੇਖੋ ਕਿ ਆ 5-10 ਮਿੰਟ ਪਹਿਲਾਂ ਦੀ ਗੱਲ ਆ ਜਿੰਪਾ ਜੀ ਨੇ ਐਲਾਨ ਕਰ ਦਿੱਤਾ ਕਿ 186 ਕਰੋੜ ਰੁਪਈਆ ਸਮਥਿੰਗ ਇੰਨਾ ਕਿਆਸੀਂ ਦੇ ਰਹੇ ਆ ਐਨੇ ਜਿਲਿਆਂ ਨੂੰ ਬਈ ਤੇ ਸਾਡੀ ਪਹਿਲੀ ਕਿਸ਼ਤੀ ਜਿਹੜੀ ਹੈ ਉਹ ਅਦਾ ਤੁਸੀਂ ਆਖਿਆ 15 ਤੋ ਅਸੀਂ ਮੁਆਵਜ਼ਾ ਦੇਣਾ ਸ਼ੁਰੂ ਕਰਦੇ ਆਂ ਕਿ ਸਾਡਾ ਗਰਦੌਰੀ ਵਾਲਾ ਕੰਮ ਜਿਹੜਾ ਉਹ ਡਨ ਹੋ ਜਾਏਗਾ। ਕਿਹਾ ਕਿ ਨਹੀਂ ਜਿੱਥੇ ਗਲਤ ਹੋਇਆ ਟੋਕ ਦੇਣਾ। ਜੀ। ਅੱਜ ਕੀ ਕਹਿ ਰਿਹਾ ਕਹਿੰਦੇ ਕਿ ਹਾਲੇ ਗਰਦੌਰੀ ਦਾ ਕੰਮ ਰਹਿੰਦਾ ਹੈ। ਤੇ ਫਿਰ ਪਹਿਲਾਂ ਕਿਉਂ ਕਿਹਾ 15 ਤੱਕ ਕਰਦੇ ਆਂ। ਸਾਹੀ ਤੇ ਮੈਂ ਪੁੱਛ ਰਿਹਾ ਹਾਂ। ਕਰਤੂਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਕਰੋਗੇ ਨਾ ਨੌਬਤ ਆਏਗੀ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਨਾ ਫੇਰ ਭਾਵੇਂ ਪੁਲਿਸ ਵਾਲਾ ਮਰੇ ਭਾਵੇਂ ਕਿਸਾਨ ਮਰੇ ਮਰੇਗਾ ਇਸ ਮਿੱਟੀ ਦਾ ਪੁੱਤ ਜੀ ਬੜਾ ਦੁੱਖ ਹੋਇਆ ਜੀ ਜਿਸ ਤਰ੍ਹਾਂ ਉਹ ਬਿਰਧ ਕਿਸਾਨ ਮੈਂ ਉਹਦੀਆਂ ਲੱਤਾਂ ਦੀ ਹਾਲਤ ਦੇਖ ਰਿਆ ਸੀਗਾ ਸਾਰੀਆਂ ਫਿਸ ਗਈਆਂ ਛਿਲੀਆਂ ਗਈਆਂ ਕਿਸ ਤਰ੍ਹਾਂ ਉਹ ਵਿਚਾਰਾ ਤੜਫ ਤੜਫ ਕੇ ਮਰਿਆ ਹੋਏਗਾ ਜੀ ਤੇ ਨੌਬਤ ਕਿਉਂ ਆਈ ਆ ਤੁਸੀਂ ਆਪੇ ਕਿਹਾ ਕਿ 15 ਅਗਸਤ ਤੱਕ ਸਾਰਾ ਕੰਮ ਡਨ ਹੋ ਜਾਏਗਾ মুরগি ਦਾ ਮੱਛੀ ਦਾ ਕੁੱਤੀ ਬਿੱਲੀ ਦਾ ਪਤਾ ਨਹੀਂ ਕਾਹਦਾ ਕਾਹਦਾ ਮੁਆਵਜ਼ਾ ਸੀ ਦੇਣਾ ਹੁਣ ਤੁਸੀਂ ਮਤਲਬ ਕਿ ਜੋ ਕਿਸਾਨ ਤੁਸੀਂ ਇੱਕ ਗੱਲ ਸਮਝੋ ਕਿ ਕਈ ਕਿਸਾਨਾਂ ਦਾ ਦੂਰੀ ਵਾਰ ਬੀਜਿਆ ਝੋਨਾ ਵੀ ਡੁੱਬ ਗਿਆ ਹੋਵੇਗਾ ਹਾਂਜੀ ਬਿਲਕੁਲ ਕਿਉਂਕਿ ਹਾੜੋਂ ਉੱਥੇ ਆਏ ਨੇ ਜਿੱਥੇ ਪਹਿਲਾਂ ਆਏ ਸੀ ਤੀਜੀ ਵਾਰ ਉਹਨੂੰ ਫਿਰ ਪਨੀਰ ਦੇ ਦੇਖੇ ਵੀ ਕੀ ਕਰਾਂਗੇ ਉੱਥੇ ਹਾਂਜੀ ਛੱਡੋ ਪਨੀਰ ਲਾ ਕੇ ਕੀ ਕਰੋਗੇ ਪਨੀਰੀ ਕੌਣ ਲਾਏਗਾ ਹਾਲੇ ਤੇ ਪਾਣੀ ਉਤਰਿਆ ਹੀ ਨਹੀਂ ਹਾਂਜੀ ਪਨੇਰੀ ਮੈਨੂੰ ਦੱਸੋ ਕੋਠੇ ਤੇ ਲਾ ਲੋਗੇ ਅਜੇ ਤੇ ਪਾਣੀ ਨਹੀਂ ਉਤਰਿਆ ਜੀ ਪਾਣੀ ਨਹੀਂ ਉਤਰਿਆ ਗੱਲ ਇਹ ਆ ਕਿ ਬਾਈ ਤੁਸੀਂ ਉਹਦੇ ਜੋਣ ਵਾਸਤੇ ਕੁਛ ਨਾ ਕੁਛ ਉਹਨੂੰ ਆਸਤੇ ਬਣਾ ਦਿਓ ਹਾਂਜੀ ਆ ਹੁਣ ਜੋ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਆ ਆ 10 ਦਿਨ ਪਹਿਲਾਂ ਕਰਦੇ ਹੋ ਤੁਸੀਂ 15 ਅਗਸਤ ਲੰਘੀ ਨੂੰ ਅੱਜ ਕਿੰਨੇ ਦਿਨ ਹੋ ਗਏ 7 ਦਿਨ ਲੰਘ ਗਏ ਹਫਤਾ ਹੋ ਗਿਆ ਤਾਂ ਫਿਰ ਕਿਸਾਨ ਜਿਹੜੇ ਸੰਗਠਨ ਨੇ ਉਹ ਤੇ ਇਹੋ ਜੀਆਂ ਚੀਜ਼ਾਂ ਦੇਖੋ ਉਹਨਾਂ ਨੇ ਤਾਂ ਦੇਖਣੀਆਂ ਨੇ ਜਿੱਥੇ ਵੀ ਉਹਨਾਂ ਨੂੰ ਨਜ਼ਰ ਆਏਗਾ ਇਹ ਆਪ ਹੀ ਉਹਨਾਂ ਬਾਰੇ ਕੀ ਕੁਝ ਬੋਲਦੇ ਹੁੰਦੇ ਤੁਹਾਨੂੰ ਪਤਾ ਕੁੜੱਤਨ ਕੁਸ਼ੀਦਗੀ ਤੇ ਪਹਿਲਾਂ ਹੀ ਆ ਗਈ ਹੈ ਦੋਨਾਂ ਦੇ ਦਰਮਿਆਨ ਹਾਂਜੀ ਇਹ ਬੋਲੇ ਨੇ ਬਹੁਤ ਭੜਾ ਬੋਲੇ ਆ ਹਾਂਜੀ ਬਿਲਕੁਲ ਧੰਨਿਆ ਨੂੰ ਲੈ ਕੇ ਟਿੱਪਣੀ ਹਾਂਜੀ ਤਾਂ ਉਹ ਫਿਰ ਦੱਸਣਗੇ ਕਿ ਹਾਂ ਭਾਈ ਹੁਣ ਮੌਕਾ ਬਣ ਗਿਆ ਆ ਜਾ ਬਈ ਨੱਪੋ ਗਿੱਲੀ ਤੇ ਭੱਜ ਕੇ ਦਿਖਾਓ ਹੁਣ ਤੂੰ ਉਹ ਗਏ ਨੇ ਤੇ ਤੁਸੀਂ ਭੱਜ ਕੇ ਨਾਲ ਦੀ ਨਾਲ ਐਲਾਨਿਆ ਕਿ ਨਹੀਂ ਇਹਦਾ ਮਤਲਬ ਕਿ ਜਦੋਂ ਤੱਕ ਤੁਹਾਡੀ ਸੰਗੀ ਚ ਗੂਠਾ ਨਹੀਂ ਦਿੰਦੇ ਤੁਹਾਡੇ ਆਨੇ ਬਾਰ ਆਉਣਗੇ ਨਹੀਂ ਜੀ ਤੇ ਨੌਬਤਾ ਨਹੀਂ ਹੋਣੀਆਂ ਚਾਹੀਦੀਆਂ ਮੈਂ ਥੇ ਕਹਿੰਦਾ ਕਿ ਭਾਈ ਕਿਸਾਨ ਜਿਹੜਾ ਹੈ ਉਹ ਆਪਦੇ ਪੈਰਾਂ ਤੇ ਸਿਰ ਤੇ ਖੜਾ ਹੋਵੇ ਤੁਸੀਂ ਉਹਦੇ ਵਾਸਤੇ ਇਸ ਤਰ੍ਹਾਂ ਦੀਆਂ ਸਕੀਮਾਂ ਲੈ ਕੇ आओ ਬੀਮਾ ਪਾਲੀਸੀਆਂ ਲੈ ਕੇ आओ ਕਿ ਹਾਂ ਜੇ ਕੁਦਰਤੀ ਵਿਪਤਾ ਦੇ ਨਾਲ ਕੋਈ ਫਸਲ ਜਿਹੜੀ ਹੈ ਕਰੌਪ ਹੈ ਜਿਹੜੀ ਉਹ ਡੁੱਬਦੀ ਹੈ ਸੁੱਕਦੀ ਹੈ ਤਾਂ ਉਹਦਾ ਮੁਆਵਜ਼ਾ ਉਹਨੂੰ ਮਿਲੇ ਜੀ ਇਸ ਤਰ੍ਹਾਂ ਦੀ ਲੈ ਕੇ ਆਓ ਕਿਉਂ ਨਹੀਂ ਲੈ ਕੇ ਆਉਂਦੇ ਤੁਸੀਂ ਅੱਜ ਦੇ ਦੌਰ ਦੇ ਵਿੱਚ ਵੀ ਜਦੋਂ ਹੁਣ ਐਡੀਆਂ ਬੀਮਾ ਕੰਪਨੀਆਂ ਦਾ ਬਾਜ਼ਾਰ ਬਣਿਆ ਪਿਆ ਇੰਡੀਆ ਜੀ ਖੈਰ ਤੇ ਦੂਜੀ ਗੱਲ ਜਿਹੜੀ ਹੈ ਕਿ ਵੇਖਣ ਵਾਲੀ ਇਸ ਮਾਮਲੇ ਦੇ ਵਿੱਚ ਜਿਹੜੀ ਮੈਂ ਕਹਿੰਨਾ ਕਿ ਸੋਚ ਕੇ ਦੇਖੋ ਕਿ ਹੁਣ ਜਿਹਦੀ ਜ਼ਿੰਦਗੀ ਖਲੋਤੀ ਹੈ ਉਹਨੂੰ ਸਰਕਾਰ ਦਾ ਇਸ਼ਾਰਾ ਰਹਿ ਗਿਆ ਹਾਂਜੀ ਸਰਕਾਰ ਜੇ ਇਸ ਤਰ੍ਹਾਂ ਲੱਲੇ ਪੱਬੇ ਕਰੇਗੀ ਤਾਂ ਠੀਕ ਨਹੀਂ ਹੈ ਤੁਸੀਂ ਸਪਸ਼ਟ ਇੱਕ ਗੱਲ ਕੋ ਉਸ ਗੱਲ ਤੇ ਡਟੇ ਰਹੋ ਤੇ ਜਿਹੜੀ ਗੱਲ ਮੈਨੂੰ ਇੱਕ ਸਮਝ ਤੋਂ ਬਾਹਰ ਲੱਗਦੀ ਹੈ ਉਹ ਇਹ ਆ ਕਿਸਾਨਾਂ ਦਾ ਮਸਲਾ ਚੰਡੀਗੜ੍ਹ ਨਾਲ ਆਲ ਹਾਂਜੀ ਯਾਨੀ ਗਵਰਨਰ ਦੇ ਨਾਲ ਤੁਸੀਂ ਕਿਹੜੇ ਵਾਅ ਦੇ ਵਿੱਚ ਉਹਨਾਂ ਦੇ ਨਾਲ ਭੇਡ ਕਰਨ ਦਾ ਹੈ ਹੋ ਇਹੀ ਗੱਲ ਜਦੋਂ ਅਮਰਿੰਦਰ ਸਿੰਘ ਦਾ ਪਤਨ ਵੀ ਕਿੱਥੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਨੇ ਇੱਕ ਵਾਰੀ ਦਿੱਲੀ ਜਾਣਾ ਸੀਗਾ ਸ਼ੁਰੂਆਤ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਬਣੀ ਆ ਮਾਨ ਸਾਹਿਬ ਦੇ ਪਿੰਡਾਂ ਦੇ ਕੋਲ ਕਿਸਾਨਾਂ ਨੂੰ ਉੱਥੇ ਕਈ ਹਫ਼ਤੇ ਡੱਕੀ ਰੱਖਿਆ ਸੀ ਇਹਨਾਂ ਨੇ ਹਾਂਜੀ ਆ ਗਿਆ ਜੀ ਤੇ ਬਿਲਕੁਲ ਆ ਗਿਆ ਨਾ ਚੇਤਾ ਉਥੋਂ ਹੀ ਮਤਲਬ ਕਿ ਕੰਮ ਜਿਹੜਾ ਵਿਗੜਦਾ ਵਿਗੜਦਾ ਨਾ ਵਿਗੜ ਗਿਆ ਸੀਗਾ ਪਤਾ ਲੱਗ ਗਿਆ ਕਿ ਵੋਟ ਬੈਂਕ ਦੀ ਰਾਜਨੀਤੀ ਅਮਰਿੰਦਰ ਸਿੰਘ ਨੇ ਕਿਸ ਤਰ੍ਹਾਂ ਕੀਤੀ ਆ ਜੀ ਵੀ ਜਿਹੜੇ ਕਿਸਾਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਵੀ ਮਾਫ ਕਰ ਦੂੰਗਾ ਆ ਵੀ ਕਰ ਦੂੰਗਾ ਉਹ ਵੀ ਕਰ ਦੂੰਗਾ ਤੇ ਅਖੀਰ ਦੇ ਵਿੱਚ ਮਾਨਸਿਕਤਾ ਕੀ ਆ ਮਾਨਸਿਕਤਾ ਇਹ ਸੀ ਕਿ ਉਹਨਾਂ ਨੇ ਦਿੱਲੀ ਵਾਲਿਆਂ ਨੇ ਫੋਨ ਕੀਤਾ ਕਿ ਇਹਨਾਂ ਨੂੰ ਡੱਕ ਲਾ ਉਹਨਾਂ ਨੇ ਉੱਥੇ ਡੱਕ ਲੀਆਂ ਟਰਾਲੀਆਂ ਆਹੀ ਏਰੀਆ ਸੀਗਾ ਮਾਨਸਾ ਵਾਲਾ ਹਾਂਜੀ ਚੀਮਾ ਮੰਡੀ ਦੱਸ ਦਿਨਾ ਤੋਂ ਰਵੇ ਉਥੇ ਉਹ geke ਰਾ ਪਾ ਕੇ ਤੇ ਡੱਕ ਲਿਆ ਅੱਛਾ ਐਤ ਕਿ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਤੁਸੀਂ ਜਾਣਦੇ ਹੋ ਆਪੇ ਚੰਡੀਗੜ੍ਹ ਤੇ ਉਹਨਾਂ ਤੇ ਸਾਰਾ ਵਸੀਲ ਕੀਤਾ ਹੋਇਆ ਚੰਡੀਗੜ੍ਹ ਕਿੱਧਰ ਵੱਢ ਜਾਣਗੇ ਤੇ ਜਾਣਾ ਵੀ ਅਪਰੇਡ ਗਰਾਉਂਡ ਦੇ ਵਿੱਚ ਜਾਣਾ ਉੱਥੇ ਬੈਠਣਦੇ ਉਹਨਾਂ ਦੇ ਲਾ ਲਾ ਲੈਂਦੇ ਤੰਬੂ ਫਿਰ ਹੋਰ ਕੀ ਹੈ ਜੇ ਨਹੀਂ ਤਾਂ ਇਹਦਾ ਹਾਲਤ ਇਹੀ ਹੈ ਕਿ ਭਾਈ ਤੁਸੀਂ ਕੋਈ ਮੰਗ ਪੱਤਰ ਵਗੈਰਾ ਕੋਈ ਆਪਦਾ ਵਫਤ ਭੇਜੋ ਉਹਨਾਂ ਦੀ ਗੱਲ ਸੁਣੋ ਤੇ ਕਹਿ ਦਿਓ ਕਿ ਕੇਂਦਰ ਸਰਕਾਰ ਤੱਕ ਵੀ ਅਸੀਂ ਤੁਹਾਡੀ ਰਸਾਈ ਕਰਾ ਦਿੰਨੇ ਆ ਕਿ ਜਲਦੀ ਤੋਂ ਜਲਦੀ ਭਾਈ ਮੁਆਵਜ਼ਾ ਦੇਵੋ ਹੁਣ ਕਿੰਨਾ ਦਿੰਦੇ ਕੋਈ ਨੀਮਾ ਤੋਂ ਬਾਹਰ ਤੇ ਨਹੀਂ ਦੇ ਸਕਦੇ ਚਲੋ 50000 ਕਿੱਲੇ ਦਾ ਜਿਹੜਾ ਕਹਿੰਦੇ ਉਹ ਤੇ ਮਿਲਣਾ ਮੁਸ਼ਕਲ ਆ ਚਲੋ ਕੋਈ ਨਾ ਕੋਈ ਹੱਲ ਨਿਕਲਦਾ ਵਿਚ ਵਿਚਾਰਦਾ ਕੋਈ ਰਸਤਾ ਤਾਂ ਨਿਕਲੇਗਾ ਹੁਣ ਇਹ ਇਹ ਪਤਾ ਨਹੀਂ ਕਿਹੜੇ ਬਹੁਚ ਡਾਂਗਾ ਮਰੀ ਜਾਂਦੇ ਨੇ ਮੈਨੂੰ ਤੇ ਸਮਝ ਨਹੀਂ ਆਉਂਦੀ ਜੀ ਹੁਣ ਰਾਜੀ ਰਾਜੀਨਾਮਾ ਹੋ ਗਿਆ ਨਾ ਦਾ ਰਾਜਪਾਲ ਦੇ ਨਾਲ ਜੀ ਤੇ ਜੇ ਇਹੋ ਜੀ ਗੱਲ ਆ ਫਿਰ ਇਹਦਾ ਇੱਕ ਹੱਲ ਹੋਰ ਵੀ ਹੁੰਦਾ ਜੀ ਤੁਸੀਂ ਦੇਖਿਆ ਹੋਣਾ ਅਮਰਿੰਦਰ ਸਿੰਘ ਵਿਲੇ ਹੋਇਆ ਸੀਗਾ ਕਿ ਪਟਿਆਲੇ ਧਰਨਾ ਦੇਣਾ ਸੀ ਬਹੁਤ ਤਕੜਾ ਇਹਨਾਂ ਨੇ ਜੀ ਤੁਹਾਨੂੰ ਯਾਦ ਹੈ ਨਾ ਇੱਕ ਵਾਰੀ ਨਹੀਂ ਵੈਸੇ 2-3 ਵਾਰੀ ਹੋਇਆ ਮੈਂ ਮਿਸਾਲ ਦਿੰਦਾ ਤੁਹਾਨੂੰ ਪਟਿਆਲੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਤੇ ਚੜ੍ਹੇ ਆਉਂਦੇ ਨੇ ਮੋਰੇ ਤੇ ਪਟਿਆਲੇ ਦੇ ਵਿੱਚ ਆ ਕੇ ਤੇ ਸਾਡਾ ਤੇ ਬੁਰਾਲ ਕਰ ਦੋਗੇ ਸ਼ੈਦੋ ਗਰਾਹਾਂ ਵਾਲੇ ਸੀ ਉਹ ਤੋਂ ਮੇਰੇ ਨਾਲ ਹਾਂਜੀ ਉਹ ਦੁੱਖਨਵਾਰਨ ਤੋਂ ਥੋੜਾ ਜਿਹਾ ਪਾਸੇ ਨੂੰ ਉੱਥੇ ਧਰਨਾ ਲਾਉਂਦੇ ਸੀ ਵੈਸੇ ਨਹੀਂ 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 ਹੋਇਆ ਕੀ ਸੀ ਕਿ ਇਹ ਅਗੇ ਤੇ ਹੀ ਗਾਂ ਚੰਡੀਗੜ੍ਹ ਚਲੇ ਗਏ ਸੀ ਹਾਈ ਕੋਰਟ ਅੱਛਾ ਜੀ ਹਾਈ ਕੋਰਟ ਤੋਂ ਇਹਨਾਂ ਨੇ ਆਰਡਰ ਕਰਾ ਲਿਆ ਹਾਈ ਕੋਰਟ ਤੋਂ ਆਰਡਰ ਕਰਾ ਲਿਆ ਕਿ ਕਿਸਾਨ ਪ੍ਰੋਟੈਸਟ ਕਰਨ ਵਾਸਤੇ ਆਜ਼ਾਦ ਨੇ ਪਰ ਉਹਦੇ ਵਾਸਤੇ ਪ੍ਰਸ਼ਾਸਨ ਇੱਕ ਅਲੱਗ ਤੋਂ ਜਗ੍ਹਾ ਮقرਰ ਕਰੇਗਾ ਉਸ ਜਗ੍ਹਾ ਤੇ ਪ੍ਰਦਰਸ਼ਨ ਕਰਨਾ ਪਵੇਗਾ ਉਹ ਜਗ੍ਹਾ ਪਤਾ ਕਿਹੜੀ ਹੈ ਜਦੋਂ ਤੁਸੀਂ ਪਟਿਆਲੇ ਤੋਂ ਬਠਿੰਡੇ ਨੂੰ ਆਉਨੇ ਹੋ ਤੇ ਨਿਕਲਦੇ ਸੱਜੇ ਹੱਥ ਜਿਹੜੀ ਦਾਣਾ ਮੰਡੀ ਹੈ ਬਾਹਰਲੇ ਪਾਸੇ 8-10 ਕਿਲੋਮੀਟਰ ਬਾਹਰ ਜਿੱਥੇ ক্রিকেট ਖੇਡਦੇ ਹੁੰਦੇ ਬਿਲਕੁਲ ਬਿਲਕੁਲ ਇਧਰੋਂ ਜਾਂਦਿਆਂ ਨੂੰ ਖੱਬੇ ਹੱਥੀ ਵੱਡੀ ਇਧਰੋਂ ਇਧਰੋਂ ਜਦੋਂ ਤੁਸੀਂ ਬਰਨਾਲੇ ਵੱਲ ਜਾਓਗੇ ਸੰਗਰੂਰਣੀਆਂ ਜਾਏਗੇ ਤੇ ਖੱਬੇ ਹੱਥ ਆਉਂਦੀ ਹੈ ਆਖਰੀ ਦਾਣਾ ਮੰਡੀ ਹਾਂਜੀ ਤੇ ਜੇ ਉਧਰੋਂ ਨਿਕਲੋਗੇ ਤਾਂ ਸੱਜੇ ਹੱਥਾਂ ਦੀ ਉੱਥੇ ਬੈਠੇ ਸਨ ਬਿਲਕੁਲ درستਾ ਉੱਥੇ ਬਹੁਤ ਵਾਰੀ ਧਰਨੇ ਲੱਗਦੇ ਦੇਖਿਆ ਉਹ ਜਗ੍ਹਾ ਤੈਅ ਕਰ ਦਿੱਤੀ ਗਈ ਸੀ ਹਾਂਜੀ ਤੇ ਤੁਸੀਂ ਇਸ ਤਰ੍ਹਾਂ ਕਰਾ ਲਓ ਕਿ ਕੋਰਟ ਤੋਂ ਹਾਂ ਆਰਡਰ ਕਿਉਂਕਿ ਕਿਸਾਨ ਜਥੇਬੰਦੀਆਂ ਕੋਰਟ ਦੇ ਆਰਡਰ ਦਾ ਉਲੰਘਣ ਨਹੀਂ ਕਰਦੀਆਂ ਜੀ ਜਦੋਂ ਇਸ ਤਰ੍ਹਾਂ ਦਾ ਮਸਲਾ ਹੋ ਜਾਂਦਾ ਉੱਥੇ ਜਾ ਕੇ ਜਵਾਬ ਫਾਈਲ ਕਰਨਾ ਪੈਂਦਾ ਜੀ ਹਲਫਨਾਮਾ ਦੇਣਾ ਪੈਂਦਾ ਕਿ ਹਾਂਜੀ ਅਸੀਂ ਪ੍ਰੋਟੈਸਟ ਦਾ ਜਿਹੜਾ ਅਧਿਕਾਰਿਓ ਮੰਗਦੇ ਹਾਂ ਜੀ ਉਹਦੇ ਵਾਸਤੇ ਫਿਰ ਉਹ ਜ਼ਿੰਮੇਵਾਰੀ ਲੱਗਦੀ ਪ੍ਰਸ਼ਾਸਨ ਦੀ ਕਿ ਤੁਸੀਂ ਥਾਂ ਵੀ ਦਿਓਗੇ ਤੇ ਇਹਨਾਂ ਨੂੰ ਪ੍ਰਬੰਧ ਕਰਕੇ ਵੀ ਦਿਓਗੇ ਜੀ ਇਹਨਾਂ ਦੇ ਖਾਣ ਦਾ ਪਾਣ ਦਾ ਸਾਰਾ ਪ੍ਰਬੰਧ ਤੁਹਾਡਾ ਹੋਏਗਾ ਟਾਇਲਟਸ ਵਗੈਰਾ ਜਿਹੜੇ ਆ ਨਾ ਉਹ ਤੁਸੀਂ ਰੇਂਜ ਕਰਕੇ ਦੇਵੋਗੇ ਜੀ ਤਾਂ ਇਸ ਤਰ੍ਹਾਂ ਤਾਂ ਵੀ ਹੱਲ ਕੱਢਿਆ ਜਾ ਸਕਦਾ ਸੀ ਜਾਨਾ ਨਾ ਜਾਂਦੀਆਂ ਮੇਰਾ ਤਾਂ ਇਹੀ ਕਨਸਰਨ ਹੈ ਕਿ ਚਾਹੇ ਕੋਈ ਪੁਲਿਸ ਵਾਲਾ ਹੈ ਚਾਹੇ ਕੋਈ ਬਿਰਦ ਸਾਡਾ ਕਿਸਾਨ ਹੈ ਉਹ ਸਾਡਾ ਹੈ ਨਾ ਮਰਨ ਵਾਲਾ ਜਾਂ ਕਿਸੇ ਦੇ ਸਰਟੀਫਿਕੇਟ ਲੱਗਿਆ ਇਸ ਤਰ੍ਹਾਂ ਤੁਹਾਡੇ ਕੋਲ ਜਦੋਂ ਹੱਲ ਹੈਗੇ ਆ ਪਰ ਫਿਰ ਉਹੀ ਗੱਲ ਰਾਜਨੀਤੀ ਆ ਅੱਜ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਦੁਨੀਆ ਭਾਈ ਸੋਸ਼ਲ ਮੀਡੀਆ ਤੇ ਪਾਰੀ ਐਲਾਨਤਾ ਜੀ ਕਿ ਆ ਤੁਸੀਂ ਇਨਕਲਾਬ ਲਿਆਉਣਾ ਸੀ ਆ ਬਦਲਾ ਲਿਆਉਣਾ ਸੀਗਾ ਕਿ ਬੰਦੇ ਮਰਨ ਡੈ ਨੇ ਤੇ ਇਹ ਕੋਈ ਅੰਦੋਲਨ ਕੋਈ ਝੂਠਾ ਤੇ ਕੋਈ ਸ਼ੌਂਕੀਆ ਤੇ ਹੈ ਨਹੀਂਗਾ ਜੀ ਮਾਮਲਾ ਜਿਹੜਾ ਉਹ ਹੜਾ ਨਾਲ ਜੁੜਿਆ ਤੇ ਉਸੇ ਵੇਲੇ ਚੱਕ ਕੇ ਹੁਣ ਐਲਾਨ ਕਰੀ ਜਾਂਦੇ ਨੇ ਕਿ ਮੁਆਵਜ਼ਾ ਆ ਗਿਆ ਜੀ ਤੇ ਜੇ ਅਯੋਗ 4-5 ਦਿਨ ਪਹਿਲਾਂ ਕੋਈ 7 ਦਿਨ ਪਹਿਲਾਂ ਵਾਅਦੇ ਦੇ ਮੁਤਾਬਕ ਕਰਦੇ ਤਾਂ ਤੇ ਠੀਕ ਰਹਿੰਦਾ ਕਿ ਅਸੀਂ ਭਾਈ ਜਿਵੇਂ ਜਿਵੇਂ ਕੰਮ ਸਾਡਾ ਡੰਨ ਹੋਏਗਾ ਅਸੀਂ ਜਿਵੇਂ ਜਿਵੇਂ ਪੈਸਾ ਆਈ ਜਾਏਗਾ ਕਿਸ਼ਤਾਂ 'ਚ ਅਸੀਂ ਕਲਾਈ ਜਾਵਾਂਗੇ ਟੇਬਲ ਟਾਕ ਕਰ ਲੋ ਜਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਦਲ ਹੁੰਦੇ ਆ ਕਈਆਂ ਚੀਜ਼ਾਂ ਦੇ ਜਦੋਂ ਹੁਣ ਬਦਲ ਤੁਸੀਂ ਇਸ ਤਰ੍ਹਾਂ ਦਾ ਅਖਤਿਆਰ ਕਰੋਗੇ ਜ਼ਬਰਦਸਤੀ ਤਾਂ ਹੁਣ ਗੱਲ ਇਹ ਹੈ ਕਿ ਕਿਸਾਨ ਸੰਗਠਨ ਇੱਥੇ ਬਹੁਤ ਭਾਰੇ ਨੇ ਜੀ ਵੋਟ ਬੈਂਕ ਦੀ ਰਾਜਨੀਤੀ ਨਾ ਕੀਤੇ ਆ ਹਾਂਜੀ ਕਿਉਂਕਿ ਉਹਨਾਂ ਨਾਲ ਵੋਟਾਂ ਜੁੜੀਆਂ ਤੇ ਉਹਨਾਂ ਦੀ ਸੰਗਠਨਾਤਮਕ ਸ਼ਕਤੀ ਬਹੁਤ ਜ਼ਿਆਦਾ ਹੈ ਜੀ ਜਦੋਂ ਪੁਲਿਸ ਰੋਕੇਗੀ ਤਾਂ ਪੁਲਿਸ ਵਾਲੇ ਤੇ ਖੁਦ ਕਿਸਾਨ ਹੁੰਦੇ ਨੇ ਜੀ ਜਦੋਂ ਮਾੜੀ-ਮੋਟੀ ਕੋਈ ਗੱਲ ਹੋਈ ਛੇਤੀ ਕੀਤਾ ਤਾਂ ਉਹਨਾਂ ਗੋਲਣ ਨਹੀਂ ਜਦੋਂ ਕਿ ਉੱਤੋਂ ਜ਼ਿਆਦਾ ਉਹ ਚੂੜੀ ਟਾਈਟ ਕਰਨਗੇ ਤਾਂ ਭੇੜ ਹੋ ਜਾਊਗਾ ਦੋਨਾਂ ਦਾ ਜੀ ਉਹੀ ਹੋਇਆ ਉਹਦਾ ਸਿੱਟਾ ਤੁਹਾਡੇ ਸਾਹਮਣੇ ਹਾਲਾਂਕਿ ਮੈਂ ਕਿਸਾਨ ਅੰਦੋਲਨ ਵਾਲੇ ਜਿਹੜੇ ਹੈਗੇ ਨੇ ਕਿਸਾਨ ਸੰਘਰਸ਼ਾਂ ਵਾਲੇ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਬੈਰੀਕੇਡਿੰਗ ਤੋੜਨ ਵਾਸਤੇ ਜਿਹੜੇ ਤੁਸੀਂ ਤਰੀਕੇ ਅਖਤਿਆਰ ਕਰਦੇ ਹੋ ਕਿ ਇਹ ਕਈ ਵਾਰੇ ਤੁਹਾਡੇ ਤੇ ਮਾਰੂ ਸਾਬਤ ਹੋ ਜਾਣੇ ਆ ਹਾਂਜੀ ਆ ਜਿਵੇਂ ਅਸੀਂ ਉਹ ਵੀਡੀਓ ਦੇਖ ਰਹੇ ਆ ਜੀ ਕਿ ਸੋਚ ਕੇ ਮੜਾ ਜਾ ਜਿਹੜੇ ਬਿਰਧ ਕਿਸਾਨ ਦੇਖੋ ਭੇੜ ਹੋਏਗਾ ਜਰਾ ਜੀ ਗੱਲ ਤਾਂ ਸਾਫ ਆ ਸੰਘਰਸ਼ ਹੋਏਗਾ ਭੇੜ ਵੀ ਹੋਣਾ ਇਹ ਸਾਰਾ ਕੁਝ ਹੋਣਾ ਹੀ ਹੋਣਾ ਜੇ ਤੁਸੀਂ ਆਖੋਗੇ ਨਾ ਬਹਾਰੋ ਫੁੱਲ ਵਰਸਾਓ ਮੇਰਾ ਮਹਿਬੂਬ ਆਇਆ ਮੇਰਾ ਸਾਡਾ ਕਿਸਾਨ ਆਇਆ ਫੁੱਲ ਸੁੱਟੋ ਉਹ ਲੋਕ ਤਾਂ ਸੁੱਟ ਦਨਗੇ ਪੁਲਿਸ ਥੋੜੀ ਫੁੱਲ ਸੁੱਟੂਗੀ ਪ੍ਰਸ਼ਾਸਨ ਥੋੜੀ ਸੁੱਟੂਗਾ ਸਮੇਂ ਦੀ ਸਰਕਾਰ ਥੋੜੀ ਸੁੱਟੂਗੀ ਪਰ ਇਹ ਆ ਕਿ ਜਿਹੜੇ ਵਿਰਧ ਕਿਸਾਨ ਨੇ ਉਸ ਵੇਲੇ ਬੀਬੀਆਂ ਨੇ ਪੁਲਿਸ ਵੀ ਉਹਨਾਂ ਦਾ ਦੇਖੇ ਤੇ ਜਿਹੜੇ ਆਗੂ ਨੇ ਅਗਵਾਨੂ ਨੇ ਅੰਦੋਲਨ ਦੇ ਜਾਂ ਕਿਸੇ ਵੀ ਸੰਘਰਸ਼ ਦੇ ਉਹ ਵੀ ਦੇਖਣ ਕਿਸ ਤਰ੍ਹਾਂ ਕਿਸੇ ਵਿਰਧ ਦੀ ਇਸ ਤਰ੍ਹਾਂ ਮੌਤ ਨਾ ਹੋਵੇ ਜਬ ਸਾਡੇ ਵਾਸਤੇ ਉਹ ਸਰਮਾਇਆ ਨੇ ਯਾਰ ਹਾਂਜੀ ਬਿਲਕੁਲ ਤੁਹਾਡੀ ਨਜ਼ਰ ਚ ਪਤਾ ਨਹੀਂ ਕੀ ਹੋਣਗੇ ਸਾਡੀ ਨਜ਼ਰ ਦੇ ਵਿੱਚ ਉਹ ਸਾਡਾ ਸਰਮਾਇਆ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਟਾਂ ਤੇ ਗਾਲੀ ਆ ਜਿਨ੍ਹਾਂ ਨੇ ਲਹੂ ਪਸੀਨੇ ਜਿਹੜੇ ਹਨ ਪੈਲੀਆਂ ਚ ਵਹਾਏ ਨੇ ਜੀ ਬਿਲਕੁਲ ਬਿਲਕੁਲ ਪ੍ਰੈਸ਼ਰ ਦੇ ਵਿੱਚ ਤਾਂ ਕਿ ਕੁਛ ਨਾ ਕੁਛ ਫਟੇ ਗਿਆ ਇਧਰੋਂ ਕਿਸਾਨ ਪ੍ਰੈਸ਼ਰ ਬਣਾਉਂਦੇ ਆ ਉਧਰੋਂ ਪੁਲਿਸ ਦੇ ਉੱਤੇ ਪ੍ਰੈਸ਼ਰ ਰੱਖ ਕੇ ਬਾਈ ਰੋਕਦੇ ਨੇ ਦੇ ਦਰਮਿਆਨ ਉਹ ਇਦਾਂ ਤਾਂ ਰਫੀ ਦਾ ਗੀਤ ਤੇ ਚੱਲਣ ਹੋ ਰਿਹਾ ਹਾਂਜੀ ਸਰਕਾਰ ਫੂਲ ਤੇ ਬਰਸਾਉਂ ਰਹੀ ਜੀ ਤੇ ਇਸ ਤਰ੍ਹਾਂ ਦੇ ਪੇੜ ਦੇ ਵਿੱਚ ਮੈਂ ਕਹਿੰਦਾ ਕਿ ਦੋਹਾਂ ਧਿਰਾਂ ਨੂੰ ਇੰਨਾ ਤਾਂ ਘੱਟੋ ਘੱਟ ਖਿਆਲ ਰੱਖਣਾ ਚਾਹੀਦਾ ਹੈ ਨਾ ਪੇੜ ਤਾਂ ਹੋਏਗਾ ਹੋਏਗਾ ਇਹ ਤਾਂ ਸਾਫ਼ ਹੈ ਜੀ ਜੀ ਸਪਸ਼ਟ ਹੈ ਅਸੀਂ ਤਾਂ ਕਹਿੰਨੇ ਕਿ ਨਾ ਹੋਵੇ ਪਰ ਜਿਸ ਤਰ੍ਹਾਂ ਤੇ ਹਾਲਾਤ ਨੇ ਉਹਦੇ ਮੁਤਾਬਕ ਤਾਂ ਹੋਏਗਾ ਹੋਏਗਾ ਜੀ 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 ਮਿੰਟੂ ਜੀ ਕਿਧਰੋਂ ਜਰਾ ਖੁਸ਼ਤਲੋਂ ਜੀ ਕਹਿ ਰਿਹਾ ਕੰਨੇ ਜੀ ਕਿ ਭਾਵੇਂ ਕਿਸੇ ਦੇ 6 ਕਿੱਲੇ ਹੋਣ ਚਾਹੇ 25 ਕਿੱਲੇ ਹੋਣ ਮੌਜਾ 5 ਏਕੜ ਤੱਕ ਹੀ ਮਿਲੇਗਾ ਕਿਸਾਨ ਜੀ ਯੂਨੀਅਨ ਦੇ ਉਹੀ ਗੱਲ ਜਿੱਦਾਂ ਅੱਗੇ ਪਿਛਲੇ ਵਾਰੀ ਇਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ ਸਨ ਹਾਂਜੀ ਇਹ ਬੜਾ ਅਜੀਬੋ ਗਰੀਬ ਫੈਸਲਾ ਹੈ ਜੀ ਬੜਾ ਅਜੀਬੋ ਗਰੀਬ ਫੈਸਲਾ ਹੈ ਕਿ ਮੰਨ ਲਓ ਕਿਸੇ ਬੰਦੇ ਨੇ ਤੁਹਾਨੂੰ ਪਤਾ ਹੈ ਕਿ ਕਈ ਘਰ ਇਸ ਤਰ੍ਹਾਂ ਦੇ ਆ ਜਿਹੜੇ 600 ਕਿੱਲਾ 50-50 ਕਿੱਲੇ 20-20 ਕਿੱਲੇ ਠੇਕੇ ਤੇ ਲੈਂਦੇ ਨੇ ਭਾਵੇਂ ਆਪ ਦੀ ਉਹਨਾਂ ਦੀ ਕਿੱਲਾ 2 ਕਿੱਲੇ 10 ਕਿੱਲੇ ਆ ਵੀ ਕਿ ਜੇ ਕਿਸੇ ਕੋਲੇ ਵਿਚਾਰੇ ਕੋਲੇ ਆਪ ਦਾ ਓੜਾ ਵੀ ਨਹੀਂ ਤਾਂ ਉਹ ਕਰਦੇ ਠੀਕ ਪਰ 10-20 ਕਿੱਲਿਆਂ ਦੀ ਵਾਹੀ ਕਰ ਲੈਂਦਾ ਹੈ ਹਾਂਜੀ ਕਿਉਂਕਿ ਉਹਦਾ ਸਰਕਲ ਸੈੱਟ ਉਸ ਤਰੀਕੇ ਦਾ ਹੋਇਆ ਹੁੰਦਾ ਹੈ ਹਾਂਜੀ ਹੌਲੀ ਹੌਲੀ ਤੇ ਫਿਰ ਉਹਦੇ ਨਾਲ ਇਹ ਵਧੀਕੀ ਕਿਉਂ ਬਈ ਹਾਂਜੀ ਕਿਉਂ ਤਾਂ ਕਿਸ਼ਾਈ ਜੀ ਗੱਲ ਉਹੀ ਮੈਂ ਕਹਿੰਦਾ ਨਾ ਕਿ ਤੁਹਾਡੇ ਕੋਲ ਕੋਈ ਸਕੀਮ ਨਹੀਂ ਹੈਗੀ ਨਾ ਠੋਸ ਮੁਆਵਜ਼ੇ ਦੀਆਂ ਨਾ ਕੋਈ ਕ੍ਰੌਪ ਇੰਸ਼ੋਰੈਂਸ ਦੀ ਹੈ ਜੀ ਜਦੋਂ ਤੁਹਾਡਾ ਮੁਲਕ ਇੱਕ ਐਸਾ ਖੇਤੀਬਾੜੀ ਢਾਂਚਾ ਰੱਖਦਾ ਹੈ ਕਿ ਜਿਹਦੇ ਚ 40 ਕਰੋੜ ਤੋਂ ਉੱਤੇ ਲੋਕ ਸ਼ਾਮਲ ਆ ਜੀ ਐਡਾ ਵੱਡਾ ਰੋਜ਼ਗਾਰ ਆ ਇਹ ਜੀ ਖੇਤੀ ਕਲਾ ਤੁਹਾਡਾ ਢਿੱਡ ਨਹੀਂ ਭਰਦੀ ਹਜ਼ੂਰ ਮੈਂ ਬਹੁਤ ਵਾਰੀ ਇਹ ਚੀਜ਼ ਕਹਿ ਚੁੱਕਾ ਵਾਂ ਜਦੋਂ ਇਹ ਕਿਸਾਨੀ ਅੰਦੋਲਨ ਚੱਲਦਾ ਸੀਗਾ ਨਾ ਪਿਛਲਾ ਉਸ ਵੇਲੇ ਬੜੀਆਂ ਬਹਿਸਾਂ ਚ ਸ਼ਾਮਲ ਹੋਏ ਆਂ ਬੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਸ ਵੇਲੇ ਮੈਂ ਇਹੀ ਤਰਕ ਦਿੰਦਾ ਸੀਗਾ ਕਿ ਦੇਖੋ ਇੱਕ ਤੇ ਹੈ ਕਿ 40 ਕਰੋੜ ਦੀ ਰੋਜੀ ਰੋਟੀ ਦਾ ਸਾਧਨ ਆ ਇਹ ਹਾਂਜੀ ਤੇ ਦੂਜਾ ਕਿ ਲੈਂਡ ਜਿਹੜੀ ਆ ਬਹੁ ਗਿਣਤੀ ਚ 80% ਕਿਸਾਨ ਦੀ ਜਿਹੜੀ ਲੈਂਡ ਆ ਉਹ ਢਾਈ ਕਿੱਲੇ ਆ ਜੋ ਉਹਦੀ ਜੋਤ ਢਾਈ ਕਿੱਲੇ ਦੀ ਆ ਜੀ ਤਾਂ ਉਸ ਹਸੂਰਤ ਦੇ ਵਿੱਚ ਤੁਸੀਂ ਮਤਲਬ ਕਿ ਨਾ ਤਾਂ ਕਾਰਪੋਰੇਟਿਕਰਨ ਕਰ ਸਕਦੇ ਹੋ ਖੇਤੀ ਦਾ ਨਾਈ ਤੁਸੀਂ ਖੇਤੀ ਨੂੰ ਉਹਦੇ ਹਾਲ ਤੇ ਛੱਡ ਸਕਦੇ ਹੋ ਤੁਹਾਨੂੰ ਕੁਛ ਨਾ ਕੁਛ ਉਹਦੇ ਚ ਇਨਵੈਸਟ ਕਰਨਾ ਹੀ ਪਏਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸੰਭਾਲੀ ਬੈਠਾ ਹੈ ਨਾ ਖੇਤੀ ਸੈਕਟਰ ਹਾਂਜੀ ਤਾਂ ਇਹ ਬਿਲਕੁਲ ਹੀ ਨੀਤੀਆਂ ਠੀਕ ਕਰਨ ਦੀ ਜ਼ਰੂਰਤ ਆ ਜੀ 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 ਇਧਰੋਂ ਨਿਰਮਲ ਜੀ ਕਹਿ ਰਹੇ ਜੀ 13 ਕਿਲੋਮੀਟਰ ਹੈ ਸੰਗਰੂਰ ਧੂਰੀ ਦਾ ਡਿਸਟੈਂਸ ਜੀ ਕੋਈ ਬਹੁਤ ਨਹੀਂ ਲੱਗੇਗਾ ਚਲੋ ਕੋਈ ਆਪਾਂ 2 ਕਿਲੋਮੀਟਰ ਕਿਹਾ 20 25 ਕਿਲੋਮੀਟਰ ਕਿਹਾ ਮਤਲਬ ਚਲੋ ਇਹ ਨਹੀਂ ਦੱਸਣਾ ਮਜਰਾ 13 14 ਕਿਲੋਮੀਟਰ ਆ ਤੇ ਉਹੀ ਗੱਲ ਹੈ ਮੈਂ ਕਿਹਾ ਕਿ ਕੱਲ ਨੂੰ ਕੰਬਾਈਨਾ ਲੈ ਕੇ ਆ ਜਾਣ ਕੰਬਾਈਨਾ ਲੈ ਕੇ ਆ ਜਾਣ ਫਿਰ ਕੀ ਦੇਨੀਆ ਆ ਪਾਉਣ ਉਹਥੇ ਕਿਹੜਾ ਕੋਈ ਸੜਕ ਕੱਚ ਕੇ ਉਹਥੇ ਕੋਈ ਡਬਲ ਬਣਾਉਣੀ ਹੈ ਜੀ ਦੂਰੀ ਦਾ ਆਪਾਂ ਇਹ ਕਹਿ ਰਹੇ ਆ ਕਿ ਮਤਲਬ ਕਿ ਉਹਨਾਂ ਨੇ ਮਾਰਚ ਕੀਤਾ ਉਹਦੇ ਤੇ ਹਾਂਜੀ ਤੇ ਕਿਉਂ ਕੀਤਾ ਨੌਬਤ ਕਦੋਂ ਆਈ ਨੌਬਤ ਕਦੀ ਮਸਲਾ ਤੇ ਹੈ ਨਾ ਜੀ 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 ਹਰ ਬ੍ਰੀਜੀ ਕਰੇ ਜੀ ਸੁਣਿਆ 6500 ਰੁਪਏ ਮੁਆਵਜ਼ਾ ਕਿਲੇ ਦਾ ਜੀ ਨਹੀਂ 6500 ਨਹੀਂ ਦੇਣਗੇ ਦੇਣਗੇ ਤੇ 12 ਹਜ਼ਾਰ ਬਣ ਜਾਣਾ ਹੈ 60 40 ਦੀ ਰੇਸ਼ੋ ਦੇ ਨਾਲ 12 ਹਜ਼ਾਰ ਬਣ ਜਾਣਾ ਪਰ ਉਹਦੇ 'ਚ ਵੀ ਗਾਂ ਪਰਸੈਂਟੇਜ ਆ ਜਾਣਗੇ ਨਾ ਜੀ 100 ਫੀਸਦੀ ਦਾ ਇੰਨਾ ਜੇ 75% ਹੈ ਤਾਂ ਉਹ ਘਟ ਜਾਏਗਾ 6 7 8 ਆ ਵਾਲੀ ਰੇਂਜ 'ਚ ਆ ਜਾਏਗਾ ਜੇ 33 ਤੋਂ 75 ਹੈ ਤੇ ਉਹ ਬਿਲਕੁਲ ਥੱਲੇ ਆ ਜਾਏਗਾ 2.5 3000 ਤੱਕ ਜੀ 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 ਇਹਦੇ ਰੋਕ ਨੇ ਫਸਲੀ ਬੀਮਾ ਜੋ ਇਹਨਾਂ ਲਾਗੂ ਕਰਨੀ ਚਾਹੀਦੀ ਹੈ ਜੀ ਨਹੀਂ ਉਹ ਠੋਸ ਹੋਵੇ ਵਧੀਆ ਹੋਵੇ ਹਾਂ ਜੀ ਕਿਸਾਨ ਪੱਖੀ ਹੋਵੇ ਕਾਰਪੋਰੇਟ ਪੱਖੀ ਨਾ ਹੋਵੇ ਜੀ ਕਿਉਂਕਿ ਬੀਮੇ ਦਾ ਬਾਜ਼ਾਰ ਚਲਾ ਕੌਣ ਰਿਹਾ ਕਾਰਪੋਰੇਟ ਚਲਾ ਰਿਹਾ ਹੈ ਨਾ ਰਿਲਾਇੰਸ ਹੈ ਜੀ ਫਲਾਣਾ ਹੈ ਜੀ ਫਲਾਣਾ ਹੈ ਜੀ ਸਟਾਰ ਹੈ ਜੀ ਉਹ ਸਭ ਵੱਡੇ ਕਾਰੋਬਾਰੀ ਨੇ ਵੱਡੀਆਂ ਫਰਮਾਂ ਵੱਡੀਆਂ ਫਰਮਾਂ ਨੇ ਤਾਂ ਉਹਦੇ ਚ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਦਾ ਮਤਲਬ ਕਿ ਜਿੱਦਾਂ ਹੁਣ ਮੇਰੇ ਦ੍ਰਿਸ਼ਟੀਕੋਣ ਦੇ ਮੁਤਾਬਕ ਤੇ ਇਹ ਆ ਕਿ ਸਾਡੀ ਸਰਕਾਰ ਭਾਵੇਂ ਕਾਰਪੋਰੇਸ਼ਨ ਬਣਾ ਦੇਵੇ ਤਾਂ ਉਹ ਉਹ ਵਿੱਚ ਰਹੇ ਸ਼ਾਮਲ ਰਹੇ ਉਹ ਹਿੱਸੇਦਾਰੀ ਹੋਣੀ ਚਾਹੀਦੀ ਹੈ ਹਿੱਸੇਦਾਰੀ ਹੋਵੇ ਤੇ ਬਹੁਤ इजीली ਤੁਸੀਂ ਪ੍ਰੀਮੀਅਮ ਪੰਜਾਬ ਦੇ ਕਿਸਾਨ ਤੋਂ ਪ੍ਰੀਮੀਅਮ ਲੈ ਸਕਦੇ ਹੋ ਕਵਾਂਟਲ ਦੇ ਪਿੱਛੇ ਜਾਂ ਕੁਝ ਤੁਸੀਂ ਬਹੁਤ ਆਸਾਨੀ ਨਾਲ ਉਹ ਪ੍ਰੀਮੀਅਮ ਕੱਢ ਸਕਦੇ ਹੋ ਤੇ ਗੱਲ ਤੁਹਾਡੀ ਠੀਕ ਹੈ ਕਿਉਂਕਿ ਉਹ ਕੰਪਨੀ ਰ ਮੈਂ ਪਿੱਛੇ ਇੱਕ ਰਿਪੋਰਟ ਪੜੀ ਸੀ ਬਹੁਤ ਮੁਨਾਫੇ ਚ ਗੰਗਾ ਨੇ ਮਿੰਟੂ ਜੀ ਨਹੀਂ ਉਹ ਪਹਿਲੇ 4 ਸਾਲਾਂ ਦਾ ਜਿਹੜਾ ਉਹਨਾਂ ਦਾ ਸੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਜੀ ਕਿ ਪ੍ਰੀਮੀਅਮ ਗਿਆ ਸੀਗਾ 1 ਲੱਖ 8000 ਕਰੋੜ ਤੇ ਜੋ ਮੁਆਵਜ਼ਾ ਦਿੱਤਾ ਸੀਗਾ ਉਹ ਦਿੱਤਾ ਸੀ ਉਹਨਾਂ ਨੇ 73000 ਕਰੋੜ ਦਾ ਜੀ ਪਹਿਲੇ 4 ਸਾਲਾਂ ਦਾ ਡਾਟਾ ਉਸ ਤੋਂ ਬਾਅਦ ਕਦੇ ਡਾਟਾ ਨਹੀਂ ਆਇਆ ਅੱਛਾ ਜੀ ਤੇ ਉਹਦੇ ਵਿੱਚ ਵੀ ਸ਼ੁੱਧ ਮੁਨਾਫਾ ਜਿਹੜਾ ਰਾਇਲੈਂਸ ਵਾਲਿਆਂ ਦਾ 4000 ਕਰੋੜ ਸੀ ਜੀ 3-4 ਸਾਲਾਂ ਦਾ ਹੀ ਜਿਹੜਾ ਮਤਲਬ ਕਿ ਸੱਟਾ ਨਿਕਲਦਾ ਹੈ ਜੀ ਸਾਬ ਲਾ ਲਓ ਜੀ 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 ਉੱਪਰ ਜਿਵੇਂ ਜੀ ਸੀ ਉਹ ਕਰ ਰਹੀ ਸੀ ਇਸ ਵੇਲੇ ਕਿਸਾਨਾਂ ਦੇ ਨਾਲ ਖੜਨ ਦੀ ਜ਼ਰੂਰਤ ਸੀ ਸਰਕਾਰ ਨੂੰ ਕਿਉਂਕਿ ਕਿਸਾਨਾਂ ਨੇ ਉੱਤੇ ਤਾਂ ਪਹਿਲੀ ਮਾਰ ਬੜੀ ਪਈ ਹੈ ਕੁਝ ਉਹ ਹੀ ਗੱਲ ਹੈ ਨਾ ਕਿ ਤੁਸੀਂ ਹੁਣ ਡਾਂਗਾ ਮਾਰਦੇ ਚੰਗੇ ਨਹੀਂ ਲੱਗਦੇ ਠੀਕ ਹੈ ਕੁਝ ਮੰਗਾ ਆਪਾਂ ਮੰਨਦੇ ਹਾਂ ਕਿ ਯਾਰ ਐਸੀਆਂ ਹੁੰਦੀਆਂ ਨੇ ਕਿ ਨਹੀਂ ਅੰਦੋਲਨ ਦੇ ਦੌਰਾਨ ਵਿੱਚ ਅਚਲ ਵਿੱਚ ਹੁੰਦੀਆਂ ਝੰਡੇ ਚ ਸੈੱਟ ਹੁੰਦੀਆਂ ਨੇ ਬਟ ਕਈ ਵਾਰ ਉਹ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਇੱਕਦਮ ਹਾਂਜੀ ਜਾ ਇਹ ਕੁਝ ਐਕਸ਼ਨ ਪ੍ਰੋਗਰਾਮਾਂ ਤੇ ਆਪਾਂ ਸਹਿਮਤ ਹੋ ਸਕਦੇ ਹਾਂ ਕਿਸਾਨਾਂ ਗੁਆਦੇ ਪਰ ਇਸ ਵੇਲੇ ਉਹਨਾਂ ਦੇ ਪਿੰਡੇ ਛਿੱਲਣ ਦਾ ਵੇਲਾ ਨਹੀਂ ਹੈ ਜੀ ਬਲਕਿ ਛਿੱਲੇ ਹੋਏ ਪਿੰਡਿਆਂ ਤੇ ਮਲਮ ਲਾਉਣ ਦਾ ਵੇਲਾ ਹੈ ਮੇਰਾ ਮੇਰਾ ਵੀ ਇਹੀ ਖਿਆਲ ਹੈ ਜਿਮੀ ਜੀ ਦੇ ਬਿਲਕੁਲ ਮੈਂ ਅਖਰ ਅਖਰ ਨਾਲ ਸਹਿਮਤ ਹਾਂ ਜੀ 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 ਇਧਰੋਂ ਰਜਤ ਸ਼ਰਮਾ ਜੀ ਇਹ ਕਰੇ ਮਿੰਟੂ ਜੀ ਕਿ ਪੰਜਾਬ ਗਵਰਨਮੈਂਟ ਦਾ ਟਵੀਟ ਹੀ ਡਿਲੀਟ ਕਰਾ ਰਹੀ ਹੈ ਅੱਜ ਕੱਲ ਮੈਂ ਪਰਸੋ ਕੀਤਾ ਸੀ ਕ੍ਰੌਪ ਇੰਸ਼ੋਰੈਂਸ ਬਾਰੇ ਡਿਲੀਟ ਕਰਾਤਾ ਜੀ ਕਹਿੰਨੇ ਕਿ ਭਾਈ ਇਧਰੋਂ ਸਰਜੀਤ ਸਿੰਘ ਖੂਲ ਦਾ ਮੈਂ ਅਕਾਊਂਟ ਦੇਖ ਰਿਹਾ ਸੀ ਉਹ ਕਹਿੰਨੇ ਕਿ ਉਹਦਾ ਰਿਕਾਰਡ ਵੀ ਚੱਕਦਾ ਹੈ ਇੰਡੀਆ 'ਚ ਚਲੋ ਜੀ ਅਕਾਊਂਟ ਚੱਕ ਦਿੱਤਾ ਇੱਕ ਸਾਡੇ ਇੱਥੇ ਪੱਤਰਕਾਰ ਬੇਲੀ ਹੈ ਸਾਡੇ ਉਹਨਾਂ ਦੀ ਇੱਕ ਕੱਲ੍ਹ ਵਾਲੀ ਪੋਸਟ ਸੀਗੀ ਵੀਡੀਓ ਹਾਂਜੀ ਵੀਡੀਓ ਕੇ ਪੋਸਟ ਚਲੋ ਪੋਸਟ ਹੀ ਕੀਤੀ ਵੀਡੀਓ ਤੇ ਉਹ ਇੰਡੀਆ 'ਚ ਰੈਸਟ੍ਰਿਕਟਡ ਕਰ ਦਿੱਤੀ ਹਾਂਜੀ ਹਾਂ ਉਹਨਾਂ ਨੇ ਕਿਸਾਨਾਂ ਨਾਲ ਹੀ ਜੁੜੀ ਹੋਈ ਸੀ ਤੇ ਦੱਸੋ ਇਹਦੇ ਵਿੱਚ ਕੀ ਇਹਦਾ ਮਤਲਬ ਕਿ ਕਿਸਾਨ ਸ਼ਬਦ ਵੀ ਇਹਨਾਂ ਨੇ ਉੱਥੇ ਪਵਾ ਦਿੱਤਾ ਉਸ ਲਿਸਟ ਦੇ ਵਿੱਚ ਉਹਨਾਂ ਦੇ ਪਤਾ ਨਹੀਂ ਕਿਹੋ ਜੇ ਚੰਦਰੇ ਸੌਫਟਵੇਅਰ ਹੈ ਜੇ ਡਰੱਗ ਤੇ ਗੱਲ ਕਰਦੇ ਆ ਤਾਂ ਵੀਡੀਓ ਬੈਨ ਆ ਮੇਰਾ ਇੱਕ ਵੀਡੀਓ ਸੀਗਾ ਉਹਨਾਂ ਨੇ ਕਰ ਦਿੱਤਾ ਨਹੀਂ ਕਰਤੇ ਮੈਂ ਮੈਂ ਉਹ ਸਵਾਲ ਚੁੱਕਿਆ ਸੀਗਾ ਕਿ ਕੀ ਪੰਜਾਬ 'ਚ 68 ਲੱਖ ਨਸ਼ੇੜੀ ਹੈਗੇ ਹਾਂਜੀ ਜਿੱਦਾਂ ਜੋ ਅੰਕੜੇ ਮੈਂ ਸਾਰੇ ਕਿਤਾਬ ਕਤੂਬਾਂ ਸਾਰੀਆਂ ਫੋਲ ਕੇ ਅੰਕੜੇ ਦਿੱਤੇ ਤਾਂ ਉਹਨਾਂ ਨੇ ਡਿਲੀਟ ਕਰਵਾਤਾ ਮਤਲਬ ਕਿ ਡਰੱਗ ਤੇ ਵੀ ਨਹੀਂ ਤੁਸੀਂ ਗੱਲ ਕਰਨੀ ਕਿਸਾਨ ਤੇ ਵੀ ਗੱਲ ਨਹੀਂ ਕਰਨੀ ਤੇ ਗੱਲ ਕਾਹਦੇ ਤੇ ਕਰੀਏ ਜਿੰਦਾਬਾਦ ਕੱਲਾ ਜਿੰਦਾਬਾਦ ਕਰੋ ਨਹੀਂ ਨਹੀਂ ਚੁੰਮ 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 ਚੁੰਮੇ ਲਈ ਜਾਈਏ ਇੱਕ ਦੂਜੇ ਦੇ ਦੱਸੋ ਹਾਦਿਆ ਜੀ ਕਮਾਲ ਹੋ ਗਈ ਆ ਤੇ ਬੜੀ ਇੱਕ ਵੱਖਰੀ ਤਰ੍ਹਾਂ ਦੀ ਵਿਚਾਰਧਾਰਾ ਵਾਲੀ ਰਾਜਨੀਤੀ ਆ ਗਈ ਆ ਕਿ ਜਿੱਥੇ ਸੰਘ ਹੀ ਘੁੱਟ ਦਿਓ ਹਰੇਕ ਬੰਦੇ ਦਾ ਗਾਲ ਹੀ ਘੁੱਟ ਦਿਓ ਤੁਸੀਂ ਹਾਂਜੀ ਹਾਂਜੀ ਜੀ 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 ਇਹ ਅਜੇ ਤੇ ਚਲੋ ਇਦਾਂ ਕਰਦੇ ਆਵਾਜ਼ ਬੰਦ ਕਰਦੇ ਮੈਨੂੰ ਲੱਗਦਾ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਸਾਹ ਬੰਦ ਕਰਦੇ ਨੇ ਜੇ ਬੋਲਿਆ ਤੇ ਉਹਦੇ ਸਾਹ ਹੀ ਬੰਦ ਕਰਦੇ ਹੋ ਪੱਕੇ ਹਾਂ ਫਿਰ ਹੋਰ ਤਾਂ ਕੁਝ ਕਸਰ ਰਹਿ ਨਹੀਂ ਜੀ ਪਿੱਛੇ ਹੱਦਿਆ ਕਿਸਾਨ ਵਾਲਾ ਵੀ ਤੁਸੀਂ ਉੱਥੇ ਸੌਫਟਵੇਅਰ ਦੇ ਵਿੱਚ ਰਖਾਤਾ ਜੀ ਕਿ ਫਾਰਮਰ ਦਾ ਕੋਈ ਜ਼ਿਕਰ ਕਰਦਾ ਤਦ ਵੀ ਚੱਕ ਦੇਵੇਗਾ ਕਿਉਂਕਿ ਸੌਫਟਵੇਅਰ ਸਾਰੇ ਲਿਸਟਡ ਨੇ ਜੀ ਇਹ ਤੁਸੀਂ ਤਕਨੀਕੀ ਪੱਖ ਤੋਂ ਜਾਣੋ ਜੇ ਸਾਨੂੰ ਜਿੰਨਾ ਕੋ ਪਤਾ ਲੱਗਦਾ ਕਿ ਇਹ ਕੁਝ ਸ਼ਬਦ ਹੁੰਦੇ ਨੇ ਜਿਹੜੇ ਕੀਵਰਡ ਹੁੰਦੇ ਨੇ ਉਹ ਚੱਕ ਲੈਂਦੇ ਆ ਸੌਫਟਵੇਅਰ ਉਹ ਨਾਲ ਦੀ ਨਾਲ ਮਾਰਦੇ ਆ ਇਹ ਕੀ ਗੇਮ ਚੱਲ ਰਹੀ ਹੈ ਸੋਸ਼ਲ ਮੀਡੀਆ ਸਵਾਦਾ ਹੈ ਸੋਸ਼ਲ ਮੀਡੀਆ ਜੀ ਸੋਸ਼ਲ ਮੀਡੀਆ ਮਤਲਬ ਕਿ ਸਮਾਜ ਦਾ ਮੀਡੀਆ ਜੀ ਸਮਾਜ ਦਾ ਮੀਡੀਆ ਕਹਾ ਦਾ ਇਤਮਾਨ ਦਾ ਮੀਡੀਆ ਕਿਤੇ ਮੋਦੀ ਦਾ ਮੀਡੀਆ ਉਸੇ ਰਾਹ ਤੇ ਕੰਮ ਚੱਲਿਆ ਪਿਆ ਇਧਰ ਸਭ ਉਹ ਇਹਨਾਂ ਤੇ ਮੋਦੀ ਹੋਰੀ ਵੀ ਨਹੀਂ ਕਰਦੇ ਜੀ ਮੋਦੀਰ ਹਨੂ ਕੀ ਲੋੜੇ ਲੋਕਲ ਮੁੱਦਿਆਂ ਤੇ ਵੀ ਉਹ ਬੈਨ ਕਰਾਉਣਗੇ ਇਹਨਾਂ ਤੋਂ ਲੈਂਦੇ ਆ ਉਹ ਇਨਪੁਟ ਤੇ ਚੱਕ ਕੇ ਦੇ ਦਿੰਦੇ ਨੇ ਜੋ ਇਹਨਾਂ ਦੇ ਅਕਸ ਦੇ ਮੁਤਾਬਕ ਨਹੀਂ ਹੁੰਦੀ ਠੀਕ ਆ ਜੀ ਕਿਸੇ ਨੂੰ ਜੇਲ੍ਹ ਚ ਬੰਦ ਕਰਾ ਦਿਓ ਕਿਸੇ ਨੂੰ ਥਾਣੇ ਚ ਬੰਦ ਕਰਾ ਦਿਓ ਕਿਸੇ ਨੂੰ ਫੇਸਬੁੱਕ ਤੋਂ ਹੀ ਬੰਦ ਕਰਾ ਦਿਓ ਵਾਹ ਬਈ ਵਾਹ ਕਿਸੇ ਨੂੰ ਅਸਰ ਬੁਲੇ ਭੇਜ ਕੇ ਉਹ ਕਹਿੰਦੇ ਵੀ ਹਾਂ ਭਾਈ ਪੋਸਟਾ ਪਾਉਣੀਆਂ ਬੰਦ ਕਰ ਦੇ ਉਹਨਾਂ ਤੋਂ ਲੱਭ ਕੇ ਮਰਵਾ ਦਿੰਦੇ ਹਾਂ ਕਈਆਂ ਨਾਲ ਹੋਇਆ ਜੀ ਬੁਲਾਇਆ ਜਾਂਦਾ ਥਾਣੇਦਾਰ ਕਹਿੰਦੇ ਆ ਥਾਣੇਦਾਰ ਕਹਿੰਦੇ ਕਹਿੰਦੇ ਯਾਰ ਮਿੰਨ ਤੇ ਆ ਯਾਰ ਆਪ ਤਾਂ ਰੁਕ ਜਾ ਠੰਡ ਰੱਖ ਲੈ ਬਾਈ ਠੰਡ ਰੱਖ ਲੈ ਯਾਰ ਵੀਰ ਬਣ ਕੇ ਉੱਤੋਂ ਫੋਨ ਆਈ ਜਾਂਦੇ ਨਹੀਂ ਤੇ ਤੈਨੂੰ ਬੰਦ ਕਰਨਾ ਪਊਗਾ ਠਾਣਿਆਂ 'ਚ ਸੱਤ-ਸੱਤ ਕਿ ਲੋਕਾਂ ਨੂੰ ਕਿਹਾ ਜਾਂਦਾ ਚਾਰ ਦੋ ਘੰਟੇ ਸਾਡੇ ਕੋਲ ਵਹਿਆ ਚਾ ਆਪਣੀ ਪੀ ਜਾ ਭਰਾਵਾ ਸਾਨੂੰ ਹਾਂ ਬਸ ਸੀਸੀਟੀਵੀ 'ਚ ਆ ਜਾਵੇਂ ਤੂੰ ਕਿ ਆਇਆ ਸੀ ਸੱਦਿਆ ਸੀਗਾ ਉਹ ਅੰਦਰ ਉਹਨੂੰ ਵਿਚਾਰੇ ਨੂੰ ਪੂਰੀ ਸੇਵਾ ਵੀ ਦਿੰਦੇ ਨੇ ਉਹ ਲਾਈ ਹੋਈ ਥਾਣੇਦਾਰ ਨੂੰ ਉਹ ਸੇਵਾ ਅਗਲੇ ਨੂੰ ਦਿੰਦੇ ਆ ਕਿ ਭਰਾਵਾ ਤੂੰ ਆ ਗਿਆ ਸਾਡੇ ਆਖੇ ਉਧਰੋਂ ਜਾਨਸੌਕੀ ਹੋ ਜਾਏਗੀ ਇੱਥੇ ਬਹਿ ਜਾ ਘੰਟਾ ਬਹਿ ਜਾ ਘੜੀ ਖਾ ਪੀ ਲੈ ਜੋ ਮਰਜ਼ੀ ਅਸੀਂ ਕਹਦੇ ਆਂ ਕਿ ਅਸੀਂ ਸੱਦ ਕੇ ਦਾ ਵਧੂਬਾ ਮਾਰਿਆ 5 ਦਿਨ ਪੋਸਟ ਨਾ ਹਾਡੇ ਹਾਲ ਬਣੇ ਪਏ ਨੇ ਜੀ 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 ਬਿਲਕੁਲ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਬਦਲਾਅ ਕਿਸ ਦਿਸ਼ਾ ਨੂੰ ਵੱਧ ਗਿਆ ਜੀ ਮੈਨੂੰ ਤਾਂ ਲੱਗਦਾ ਇਹ ਅੱਗੇ ਵਾਲਾ ਜਿਹੜਾ ਸੀਗਾ ਕਮਕਰ ਜਿਵੇਂ ਉਹ ਕਹਿੰਦੇ ਸੀ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਫੇਰ ਦੂਜਾ ਆ ਗਿਆ ਉਹ ਕਹਿੰਦਾ ਜੀ ਇਹ ਕਿਹੜਾ ਤੁਸੀਂ ਵੇਖਿਓ ਮੇਰਾ ਰਾਜ ਜੀ ਪੰਜਾਬ ਦਾ ਕੈਪਟਨ ਜੀ ਉਹ ਉਹ ਪੰਜਾਬ ਦਾ ਕੈਪਟਨ ਕਾਦਾ ਬਣਿਆ ਉਹ ਰੂਸਾ ਦਾ ਕੈਪਟਨ ਹੀ ਬਣਿਆ ਰਿਹਾ ਜੀ 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 ਇਹ ਕਹਿੰਦੇ ਜੀ ਅਸੀਂ ਬਦਲਾ ਲਿਆ ਜੀ ਆ ਐਸਾ ਟੀਕਾ ਲਾਉਣ ਦਾ ਤੁਹਾਡੇ ਸਾਹਮਣੇ ਆ ਉਹਨਾਂ ਜੀ 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 ਸਤਵਿੰਦਰ ਜੀ ਕਹਿੰਦੇ ਗਵਰਨਮੈਂਟ ਨੇ ਗਲਡ ਡਿਸੀਜਨ ਲਿਆ ਜੀ ਇਹ ਤੇ ਜਗਦੀਪ ਜੀ ਕਹਿੰਦੇ ਸੋਸ਼ਲ ਮੀਡੀਆ ਕੰਪਨੀਆਂ ਨੇ ਤਾਂ ਆਪਣਾ ਅਸਲ ਚਿਹਰਾ ਜੀ ਕਹਿੰਨ ਕਿ ਕੋਵਿਡ ਸਮੇਂ ਦਿਖਾ ਦਿੱਤਾ ਸੀ ਜਦੋਂ ਕੋਵਿਡ ਨੀਤੀ ਦੇਤੇ ਸਵਾਲ ਚੁੱਕਣ ਤੇ ਅਕਾਊਂਟ ਬੰਦ ਕਰਨ ਲੱਗੇ ਸੀਗੇ ਜੀ ਤੇ ਅੱਗੇ ਨੂੰ ਆਪਾਂ ਚੱਲ ਪੈਨੇ ਆ ਇਧਰੋਂ ਕਹਿੰਦੇ ਕਿ ਜੀ ਛੋਟੇ ਦਾ ਕੀ ਬਣੇ ਬਈ ਆ ਜਾਨੇ ਕੋਈ ਗੱਲ